ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੀ ਗਿੱਪੀ ਗਰੇਵਾਲ ਜੀ ਦਾ ਯੂਟਿਊਬ ਚੈਨਲ ਜਿਹੜਾ ਕਿ ਉਹਨਾਂ ਦਾ ਹੰਬਲ ਮਿਊਜ਼ਿਕ ਦੇ ਨਾਮ ਤੋਂ ਚੱਲਦਾ ਆ, ਜਿਹਦੇ ਉੱਪਰ ਸਿੱਧੂ ਮੂਸੇ ਵਾਲੇ ਦਾ ਪਹਿਲਾ ਟਰੈਕ ਰਿਲੀਜ਼ ਹੋਇਆ ਸੀ ਅਤੇ ਉਸ ਤੋਂ ਬਾਅਦ ਹੰਬਲ ਮਿਊਜ਼ਿਕ ਨੇ ਕਦੇ ਮੁੜ ਕੇ ਨਹੀਂ ਦੇਖਿਆ। ਉਹਨਾਂ ਦੀਆਂ ਸਾਰੀਆਂ ਫਿਲਮਾਂ ਦਾ ਮਿਊਜ਼ਿਕ ਵੀ ਹੰਬਲ ਮਿਊਜ਼ਿਕ ਦੇ ਉੱਪਰ ਹੁੰਦਾ ਆ, ਉਸ ਨੂੰ ਹੈਕ ਕਰ ਲਿਆ ਗਿਆ ਆ। ਹਾਂਜੀ, ਗਿੱਪੀ ਗਰੇਵਾਲ ਨੇ ਲਾਈਵ ਹੋ ਕੇ ਆਪਣੇ ਫੈਨਸ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਉਹਨਾਂ ਦਾ ਅਫੀਸ਼ੀਅਲ ਯੂਟਿਊਬ ਚੈਨਲ ਹੰਬਲ ਮਿਊਜ਼ਿਕ ਕਿਸੇ ਨੇ ਹੈਕ ਕਰ ਲਿਆ ਗਿਆ, ਅਤੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਸਾਰੇ ਗਾਣੇ ਉੱਥੋਂ ਉਡਾ ਦਿੱਤੇ ਗਏ ਸੀ ਅਤੇ ਇੱਕ ਅਲੱਗ ਤਰ੍ਹਾਂ ਦਾ ਹੀ ਉੱਥੇ ਲੋਗੋ ਡਿਸਪਲੇ ਵਿੱਚ ਆ ਰਿਹਾ ਸੀ, ਜਿਹੜਾ ਕਿ ਕ੍ਰਿਪਟੋ ਕਰੰਸੀ ਨੂੰ ਪ੍ਰਮੋਟ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਅਤੇ ਇਹ ਗੱਲਾਂ ਸਾਹਮਣੇ ਆ ਰਹੀਆਂ ਕਿ ਕ੍ਰਿਪਟੋ ਕਰੰਸੀ ਵਾਲਿਆਂ ਨੇ ਹੀ ਆਪਣੇ ਕੰਮ ਨੂੰ ਪ੍ਰਮੋਟ ਕਰਨ ਲਈ, ਕ੍ਰਿਪਟੋ ਕਰੰਸੀ ਜਿਹੜਾ ਹੈਕਰ ਯੂਜ਼ ਕਰਦੇ ਉਹਨਾਂ ਨੇ ਹੀ ਇਸ ਚੈਨਲ ਨੂੰ ਹੈਕ ਕੀਤਾ ਹੈ, ਅਤੇ ਉੱਥੇ ਸਾਰੇ ਹੀ ਗਾਣੇ ਉਡਾ ਦਿੱਤੇ ਗਏ ਸੀ ਅਤੇ ਹਾਲੇ ਤੱਕ ਵੀ ਉਹ ਕੰਟੈਂਟ ਵਾਪਸ ਨਹੀਂ ਆਇਆ। ਇਸ ਵੇਲੇ ਦੀ ਵੱਡੀ ਖਬਰ ਆ ਕਿ ਹੰਬਲ ਮਿਊਜ਼ਿਕ ਦਾ ਯੂਟਿਊਬ ਚੈਨਲ ਹੈਕ ਕਰ ਲਿਆ ਗਿਆ ਹੈ ਅਤੇ ਉੱਥੇ ਕ੍ਰਿਪਟੋ ਕਰੰਸੀ ਦਾ ਲੋਗੋ ਦੇਖਣ ਨੂੰ ਮਿਲ ਰਿਹਾ ਸੀ ਅਤੇ ਸਾਰਾ ਕੰਟੈਂਟ ਉੱਥੋਂ ਡਿਲੀਟ ਕਰ ਦਿੱਤਾ ਗਿਆ। ਗਿੱਪੀ ਗਰੇਵਾਲ ਜੀ ਦਾ ਇੱਥੇ ਕਹਿਣਾ ਹੈ ਕਿ ਅਸੀਂ ਇਸ ਦੀ ਜਾਣਕਾਰੀ ਸਾਈਬਰ ਕ੍ਰਾਈਮ ਨੂੰ ਦੇ ਦਿੱਤੀ ਹੈ ਅਤੇ ਇਸ ਦੀ ਪੜਤਾਲ ਜਾਰੀ ਹੈ ਅਤੇ ਬਹੁਤ ਜਲਦ ਹੀ ਅਸੀਂ ਇਸ ਦੀ ਤਹਿ ਤੱਕ ਜਾਵਾਂਗੇ ਕਿ ਕਿਸਨੇ ਇਹ ਕੰਮ ਕੀਤਾ ਹੈ, ਕਿਉਂਕਿ ਹੰਬਲ ਮਿਊਜ਼ਿਕ ਇੱਕ ਬਹੁਤ ਹੀ ਵੱਡਾ ਮਿਊਜ਼ਿਕ ਪਲੇਟਫਾਰਮ ਆ ਪੰਜਾਬੀ ਇੰਡਸਟਰੀ ਦਾ, ਜਿੱਥੇ ਕਿ ਬਹੁਤ ਸੁਪਰ ਡੁਪਰ ਹਿੱਟ ਸੌਂਗਸ ਪਏ, ਚਾਹੇ ਗੱਲ ਕਰ ਲਈਏ ਕਰਨ ਔਜਲਾ, ਚਾਹੇ ਗੱਲ ਕਰ ਲਈਏ ਅੰਮ੍ਰਿਤ ਮਾਨ, ਸਿੱਧੂ ਮੂਸੇਵਾਲਾ, ਗਿੱਪੀ ਗਰੇਵਾਲ ਅਤੇ ਗਿੱਪੀ ਗਰੇਵਾਲ ਜੀ ਦੀਆਂ ਬਹੁਤ ਸਾਰੀਆਂ ਫਿਲਮਾਂ ਦਾ ਮਿਊਜ਼ਿਕ ਸਾਰਾ ਹੰਬਲ ਮਿਊਜ਼ਿਕ ਦੇ ਉੱਪਰ ਹੀ ਪਿਆ ਆ ਅਤੇ ਉਸਨੂੰ ਕਿਸਨੇ ਹੈਕ ਕਰ ਲਿਆ। ਗਿੱਪੀ ਗਰੇਵਾਲ ਲਾਈਵ ਆਏ ਅਤੇ ਲਾਈਵ ਹੋ ਕੇ ਉਹਨਾਂ ਨੇ ਇਹ ਸਾਰੀ ਘਟਨਾ ਸਾਂਝੀ ਕੀਤੀ ਕਿ ਉਹਨਾਂ ਦੇ ਯੂਟਿਊਬ ਚੈਨਲ ਨੂੰ ਕਿਸੇ ਨੇ ਹੈਕ ਕਰ ਲਿਆ ਗਿਆ। ਤਸਵੀਰਾਂ ਤੋਂ ਆਈਡੀਆ ਲਗਾਇਆ ਜਾ ਰਿਹਾ ਕਿ ਇਹ ਕ੍ਰਿਪਟੋ ਕਰੰਸੀ ਹੈਕਰਸ ਨੇ ਇਸ ਦੇ ਨਾਲ ਕੁਛ ਨਾ ਕੁਛ ਕੀਤਾ ਹੈ। ਜਿੱਦਾਂ ਇਹਦੀ ਪੁਸ਼ਟੀ ਹੋਊਗੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਜ਼ਰੂਰ ਕਰਾਂਗੇ। ਗਿੱਪੀ ਗਰੇਵਾਲ ਜੀ ਦਾ ਯੂਟਿਊਬ ਚੈਨਲ ਹੰਬਲ ਮਿਊਜ਼ਿਕ ਹੈਕ ਹੋ ਗਿਆ।